ਸਤਿ ਸ਼੍ਰੀ ਅਕਾਲ ਜੀ। ਅੱਜ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਸੀ। ਅੱਜ ਕਲਾਸ ਲੱਗੀ ਹੋਈ ਹੈ ਅਤੇ ਉਹਦੇ 'ਚ ਟ੍ਰੇਨਿੰਗ ਸੈਸ਼ਨ ਸਾਡਾ ਚੱਲ ਰਿਹਾ। ਅੱਜ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹੋਏ ਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੇ ਸਟੂਡੈਂਟਸ ਨੂੰ ਪ੍ਰੋਫੈਸ਼ਨਲੀ ਬੜਾ ਅੱਗੇ ਵੱਧਦਾ ਹੋਇਆ ਦੇਖ ਰਿਹਾ ਔਰ ਦੇਖਦਾ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ। ਅੱਜ ਇੱਕ ਐਸਾ ਸਟੂਡੈਂਟ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਜਿਹੜਾ ਸਪੈਸ਼ਲੀ ਗੁਜਰਾਤ ਤੋਂ, ਗੁਜਰਾਤ ਦਾ ਇੱਕ ਸ਼ਹਿਰ ਹੈ ਜਾਮਨਗਰ, ਜਾਮਨਗਰ ਤੋਂ ਸਪੈਸ਼ਲੀ ਸਿੱਖਣ ਵਾਸਤੇ ਇੱਥੇ ਸਾਡੇ ਕੋਲ ਅਕੈਡਮੀ 'ਚ ਆਏ ਔਰ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਉਹਨੇ ਜੋ ਹਾਸਿਲ ਕੀਤਾ, ਜੋ ਅਚੀਵਮੈਂਟ ਉਹਨੇ ਦਿਖਾਈ ਹੈ, ਜੋ ਪ੍ਰੋਗਰੈਸ ਦਿਖਾਈ ਹੈ ਆਪਣੀ, ਉਹਨੂੰ ਦੇਖ ਕੇ ਬੜਾ ਮੇਰਾ ਦਿਲ ਕੀਤਾ ਕਿ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਇਹ ਅੱਜ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਸਾਡੀ ਸਟੂਡੈਂਟ ਸਿਮਰਨ ਕੌਰ ਬਾੜਾ। ਤੁਸੀਂ ਆਪ ਹੀ ਦੱਸਣਾ ਕਿ ਕਿਸ ਤਰ੍ਹਾਂ ਗਾਇਆ, ਕਿਉਂਕਿ ਇਹ ਗੁਜਰਾਤੀ ਲੈਂਗੁਏਜ ਬੋਲਦੀ ਸੀ ਅਤੇ ਉਹ ਐਕਸੈਂਟ ਇਹਦੇ ਗਾਣੇ 'ਚ ਵੀ ਆਉਂਦਾ ਸੀ, ਪਰ ਥੋੜ੍ਹੇ ਜਿਹੇ ਸਮੇਂ 'ਚ ਇਹਨੇ ਬਹੁਤ ਵਧੀਆ ਇੰਪਰੂਵ ਕੀਤਾ ਆਪਣੇ ਆਪ ਨੂੰ। ਸੋ ਅੱਜ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅਤੇ ਇਸ ਕੰਮ 'ਚ ਮੇਰਾ ਸਾਥ ਦੇ ਰਹੇ ਨੇ ਸਾਡੇ ਮਿਊਜ਼ੀਸ਼ੀਅਨਸ ਅਮਿਤ ਕੁਮਾਰ, ਅਮਿਤ ਟੱਕਰ ਅਤੇ ਸਾਡਾ ਪੰਜਾਬ ਲੈਵਲ ਦਾ, ਬਲਕਿ ਮੈਂ ਕਹੂੰਗਾ ਇੰਡੀਆ ਲੈਵਲ ਦਾ ਸਾਡਾ ਰਿਦਮ ਪਲੇਅਰ, ਜਿਹਨੇ ਹੁਣੀ ਮਨਮਰਜ਼ੀਆਂ ਫਿਲਮ ਦੇ ਵਿੱਚ ਵੀ ਰਿਦਮ ਕੀਤਾ ਔਰ ਹੋਰ ਬਹੁਤ ਹਿੰਦੀ ਫਿਲਮਾਂ ਦੇ ਵਿੱਚ ਰਿਦਮ ਪਲੇ ਕੀਤਾ, ਸਾਡਾ ਕੁੱਕੀ ਨਰੇਸ਼ ਕੁੱਕੀ, ਅਤੇ ਆਕਟੋਪੈਡ 'ਤੇ ਸਾਥ ਦੇ ਰਹੇ ਨੇ ਸਾਡੇ ਵਿੱਕੀ ਜੀ। ਇਹ ਸਾਰੇ ਮਿਊਜ਼ੀਸ਼ੀਅਨਸ, ਮੇਰੀ ਟੀਮ, ਮੇਰਾ ਪਰਿਵਾਰ ਸਮੇਂ ਸਮੇਂ ਸਿਰ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਔਰ ਇਹਨਾਂ ਨੂੰ ਹੌਸਲਾ ਦੇਣ ਲਈ ਮੇਰੇ ਨਾਲ ਖੜ੍ਹੇ ਹੁੰਦੇ ਨੇ, ਮੋਢੇ ਨਾਲ ਮੋਢਾ ਜੋੜ ਕੇ। ਥੈਂਕ ਯੂ ਵੈਰੀ ਮੱਚ। ਆਓ ਫਿਰ ਆਪਾਂ ਗਾਣਾ ਸੁਣਦੇ ਹਾਂ। ਰੈਡੀ, 1 2 1 2 3 4